ਸੋ ਬ੍ਰੇਕ ਤੋਂ ਬਾਅਦ ਪ੍ਰਵਾਸੀ ਟੀਵੀ ਦੇਖ ਰਹੇ ਦਰਸ਼ਕਾਂ ਦਾ ਇੱਕ ਵਾਰ ਫਿਰ ਬਹੁਤ ਸਵਾਗਤ ਹੈ। ਦੋਸਤੋ, ਜਿਸ ਤਰ੍ਹਾਂ ਪਹਿਲਾਂ ਮੈਂ ਗੱਲ ਕੀਤੀ ਸੀ ਕਿ ਅੱਜ ਅਸੀਂ ਮੁਲਾਕਾਤ ਕਰਨੀ ਹੈ ਡਾਕਟਰ ਸਵੈਮਾਨ ਸਿੰਘ ਹੁਣੀ, ਜਿਹੜੇ ਕਿ USA ਤੋਂ ਨੇ ਵੈਸੇ, ਪਰ ਇਸ ਵੇਲੇ ਟਿਕਰੀ ਬਾਰਡਰ ਤੇ ਜਿਹੜਾ ਲਗਾਤਾਰ ਕਿਸਾਨ ਅੰਦੋਲਨ ਤੇ ਡਾਕਟਰ ਵਜੋਂ ਸੇਵਾ ਨਿਭਾ ਰਹੇ ਨੇ। ਪਿਛਲੇ 2 ਮਹੀਨੇ ਤੋਂ ਲਗਾਤਾਰ ਉੱਥੇ ਡਟੇ ਹੋਏ ਨੇ। ਸੋ ਗਰਾਊਂਡ 'ਚ ਇਸ ਵੇਲੇ ਕੀ ਸਥਿਤੀ ਹੈ ਉੱਥੇ ਟਿਕਰੀ ਬਾਰਡਰ ਤੇ ਅਤੇ ਪੂਰੀ ਓਵਰਆਲ ਕਿਸਾਨ ਅੰਦੋਲਨ ਦੀ ਉੱਥੇ ਕੀ ਸਥਿਤੀ ਚੱਲ ਰਹੀ, ਅਤੇ ਨਾਲ ਜਿਹੜਾ ਉਹਨਾਂ ਦਾ ਇਹ ਮੈਡੀਕਲ ਕੈਂਪ ਹੈ ਜਾਂ ਜਿਸ ਤਰ੍ਹਾਂ ਉਹ ਸੇਵਾਵਾਂ ਦੇ ਰਹੇ ਨੇ, ਉੱਥੇ ਉਹਨਾਂ ਨੂੰ ਕਿਹੜੀਆਂ ਕਿਹੜੀਆਂ ਮੁਸ਼ਕਲਾਂ ਆ ਰਹੀਆਂ ਨੇ, ਇਸ ਬਾਰੇ ਉਹਨਾਂ ਨਾਲ ਗੱਲ ਕਰਦੇ ਹਾਂ। ਸਭ ਤੋਂ ਪਹਿਲਾਂ ਬਹੁਤ ਬਹੁਤ ਸਵਾਗਤ ਹੈ ਡਾਕਟਰ ਸਵੈਮਾਨ ਜੀ ਤੁਹਾਡਾ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਹਾਂਜੀ, ਸਤਿ ਸ਼੍ਰੀ ਅਕਾਲ ਜੀ ਡਾਕਟਰ ਸਾਹਿਬ। ਤੁਸੀਂ ਲਗਾਤਾਰ ਉੱਥੇ ਸੇਵਾ ਦੇ ਰਹੇ ਹੋ, ਜਿਨ੍ਹਾਂ ਨੂੰ ਵੀ ਚਾਹੇ ਉਹ ਕੋਈ ਪੁਲਿਸ ਨਾਲ ਸੰਬੰਧਿਤ ਹੋਵੇ, ਚਾਹੇ ਕੋਈ ਕਿਸਾਨ ਹੈ, ਕਿਸੇ ਨੂੰ ਵੀ ਕੋਈ ਮੈਡੀਕਲ ਪ੍ਰੋਬਲਮ ਆਉਂਦੀ ਹੈ, ਤੁਸੀਂ ਉਹਨਾਂ ਨੂੰ ਆਪਣੀਆਂ ਸੇਵਾਵਾਂ ਦੇ ਰਹੇ ਹੋ। ਕਿਸ ਤਰ੍ਹਾਂ ਤੁਹਾਨੂੰ ਇਹ ਪ੍ਰੇਰਣਾ ਮਿਲੀ ਕਿ ਜੋ ਤੁਹਾਨੂੰ USA ਤੋਂ ਖਿੱਚ ਕੇ ਉੱਥੇ ਲੈ ਗਈ? ਕਾਫੀ ਕੁਛ ਹੈ ਜੀ। ਇੱਕ ਚੀਜ਼ ਨਹੀਂ ਆ, ਫੈਮਿਲੀ ਬੈਕਗ੍ਰਾਉਂਡ ਆ। ਮੇਰੇ ਫਾਦਰ ਸਾਹਿਬ SFI ਦੇ ਪਹਿਲੇ ਪ੍ਰਧਾਨ ਸੀ ਜੀ, ਔਰ ਇਹ ਜਿਹੜੀਆਂ ਕਹਿ ਲਓ ਕਿ ਕਿਸਾਨੀ ਮੋਰਚੇ ਆ, ਉਹ ਉਹਨਾਂ ਸਦਾ ਉਹਨਾਂ ਨੇ ਭਾਗ ਲਿਆ, ਭਾਵੇਂ ਸਟੂਡੈਂਟਸ ਦੇ ਹੱਕ 'ਚ ਹੋਵੇ। ਫਿਰ ਮੋਮ ਵੀ ਮੇਰੇ ਸਟੂਡੈਂਟ ਲੀਡਰ ਰਹੇ ਆ, ਬਾਕੀ ਮੇਰੇ ਪੜਨਾਨਾ ਜੀ 16 ਸਾਲ ਦੀ ਉਮਰ ਜੇਤੋ ਦੇ ਮੋਰਚੇ 'ਚ ਗਏ ਸੀ, ਇੱਦਾਂ ਮੇਰੇ ਬਾਬਾ ਜੀ। ਮਤਲਬ ਕਿ ਇੱਕ ਪਰਿਵਾਰਿਕ ਇੱਕ ਚੀਜ਼ ਸੀ ਕਿ ਕਦੀ ਵੀ ਜੇ ਕੋਈ ਇਨਸਾਨੀਅਤ ਦੇ ਖਿਲਾਫ਼ ਕੋਈ ਉੱਠਦਾ ਵਾ, ਉਹਦੇ ਖਿਲਾਫ਼ ਸਾਡਾ ਉੱਠਣਾ ਫਰਜ਼ ਬਣਦਾ ਐਜ਼ ਅ ਪਰਿਵਾਰ ਦਾ। ਬਾਕੀ ਆਪਣੇ ਗੁਰੂ ਸਾਹਿਬਾਂ ਤੋਂ ਆਪਣਾ ਨੌਲੇਜ ਆ, ਆਪਣਾ ਜੋ ਉਹਨਾਂ ਤੋਂ ਸਿੱਖਿਆ ਮਿਲਦੀ ਆ ਨਾ, ਤੇ ਜਾਂ ਫਿਰ ਜੇ ਆਪਣੇ ਜਿਹੜੇ ਗਦਰ ਪਾਰਟੀ ਹੋਈ, ਜਿਹੜੇ ਸ਼ਹੀਦ ਹੋਏ ਆ ਦੇਸ਼ ਦੇ ਲਈ, ਸੋ ਬਹੁਤ ਜ਼ਿਆਦਾ ਆਈ ਥਿੰਕ ਸਿੱਖ ਕੌਮ ਦੇ ਵਿੱਚ ਤੇ ਐਗਜ਼ਾਮਪਲ ਹੀ ਬਹੁਤ ਆ। ਇੱਕ ਕੋਈ ਇੱਕ ਇਨਸਾਨ ਦਾ ਤੇ ਕੀ ਨਾ ਲੈਣਾ, ਬਹੁਤ ਜ਼ਿਆਦਾ ਐਗਜ਼ਾਮਪਲਸ, ਮਤਲਬ ਆਪਣੀ ਕੌਮ ਭਰੀ ਪਈ ਐਗਜ਼ਾਮਪਲਸ ਦੀ ਕਿ ਆ ਚੀਜ਼ਾਂ। ਜਦੋਂ ਵੀ ਕਦੀ ਕਦੀ ਏਦਾਂ ਦੀ ਇਹੋ ਜਿਹੀ ਕਦੀ ਸਥਿਤੀ ਬਣਦੀ ਆ, ਹਰ ਇੱਕ ਸਿੱਖ ਦਾ ਇੱਕ ਕਹਿ ਲਓ ਕਿ ਕੌਲ ਆ ਕਿ ਤੁਹਾਨੂੰ ਉਹਦਾ ਉਹਦੇ ਵਿੱਚ ਆਪਣਾ ਹਿੱਸਾ ਪਾਉਣਾ ਚਾਹੀਦਾ। ਜੀ ਬਿਲਕੁਲ, ਤੇ ਸੇਵਾ ਜਿਹੜੀ ਤੁਹਾਨੂੰ ਜਿੱਥੇ ਤੁਸੀਂ ਸ਼ਹੀਦਾਂ ਤੋਂ ਪ੍ਰੇਰਣਾ ਲਈ, ਉੱਥੇ ਨਾਲ ਤੁਹਾਨੂੰ ਪਰਿਵਾਰ ਤੋਂ ਵੀ ਪ੍ਰੇਰਣਾ ਮਿਲੀ, ਤਾਂ ਇਸ ਵੇਲੇ ਗਰਾਊਂਡ 'ਤੇ ਉੱਥੇ ਕੀ ਸਥਿਤੀ ਹੈ? ਕਿਉਂਕਿ ਪਿਛਲੇ ਦਿਨਾਂ 'ਚ ਆਪਾਂ ਜੋ ਦੇਖਿਆ, ਜੋ ਕੁਝ ਉੱਥੇ ਵਾਪਰਿਆ, ਬੜਾ ਮੰਦਭਾਗਾ ਜਿਹੜਾ ਕੋਈ ਕੁਛ ਹੋਇਆ, ਜਿਸ ਕਰਕੇ ਜਿਹੜੀ ਸਿਚੁਏਸ਼ਨ ਬੜੀ ਖਰਾਬ ਵੀ ਹੋਈ, ਪਰ ਹੁਣ ਇਸ ਵੇਲੇ ਕੀ ਸਥਿਤੀ ਬਣੀ ਹੋਈ ਉੱਥੇ? ਬਹੁਤ ਜ਼ਿਆਦਾ ਚੜ੍ਹਦੀ ਕਲਾ ਜੀ, ਬਹੁਤ ਜ਼ਿਆਦਾ ਚੜ੍ਹਦੀ ਕਲਾ ਵਾ। ਮੈਂ ਕਹਿੰਦਾ ਕਿ ਕੱਲ ਮੈਂ ਇਸੇ ਕਰਕੇ ਸਿੰਘੂ ਵੀ ਗਿਆ ਸੀ, ਵੈਸੇ ਮੈਂ ਸਿੰਘੂ ਜਾਂਦਾ ਨੀ, ਇੱਕ ਦਿਨ ਗਿਆ ਸੀ ਸਟੇਜ ਤੇ ਬੋਲਦਿਆਂ ਜਦੋਂ ਮੈਨੂੰ ਬੁਲਾਇਆ ਸੀ, ਤੇ ਉਹ ਤਾਂ ਮੈਂ ਟਿਕਰੀ ਰਹਿੰਦਾ ਕਿਉਂਕਿ ਇੱਥੇ ਕੰਮ ਕਾਰ ਸਾਡਾ ਕਾਫੀ ਹੁੰਦਾ। ਬਟ ਕੱਲ ਮੈਂ ਕਿਉਂਕਿ ਖਾਸ ਗਿਆ ਕਿਉਂਕਿ ਲੋਕਾਂ ਦੇ ਫੋਨ ਬਹੁਤ ਆਏ ਬਾਹਰੋਂ ਕਿ ਉੱਥੋਂ ਦੀ ਸਥਿਤੀ ਦੱਸੋ, ਫਿਰ ਮੈਂ ਕਿਹਾ ਕਿ ਐਟਲੀਸਟ ਮੈਂ ਇੱਕ ਵਾਰੀ ਆਪ ਜਾਇਜ਼ਾ ਲੱਗ ਗਿਆ। ਤੇ ਉਹ ਮੈਂ ਤੁਹਾਨੂੰ ਇਹੋ ਦੱਸੂ, ਬਹੁਤ ਜ਼ਿਆਦਾ ਚੜ੍ਹਦੀ ਕਲਾ ਵਾਲਾ ਮਾਹੌਲ ਆ। ਪਹਿਲਾਂ ਜਾਟ ਜਿਹੜੇ ਸੀ ਨਾ, ਉਹ ਥੋੜੇ ਜਿਹੇ ਵਿਚਾਰੇ ਨਾਰਾਜ਼ ਹੋ ਗਏ ਸੀ, ਆਪਣੇ ਭਰਾ ਆ, ਪਰ ਕਿਤੇ ਨਾ ਕਿਤੇ ਕਿਸੇ ਗੱਲ ਕਰੋ ਉਹ ਵੀ ਵਿਚਾਰੇ, ਉਹਨਾਂ ਨੇ ਜਦੋਂ ਦੇਖਿਆ ਕਿ ਯਾਰ ਇਹ ਮਤਲਬ ਕਿ ਸ਼ਾਇਦ ਇਹ ਧਾਰਮਿਕ ਲੜਾਈ ਬਣਾ ਦਿੱਤੀ ਆ ਸਿੱਖਾਂ ਨੇ, ਤੇ ਉਦੋਂ ਥੋੜੇ ਜਿਹੇ ਉਹ ਚੀਜ਼ ਤੋਂ ਨਾਰਾਜ਼ ਹੋ ਗਏ ਸੀ। ਪਰ ਆਫਟਰ ਕੋਈ ਕਨਵਿੰਸਿੰਗ ਤੇ ਆਫਟਰ ਉਹਨਾਂ ਨੂੰ ਦੱਸਿਆ ਗਿਆ ਕਿ ਨਹੀਂ ਨਹੀਂ ਉਹ ਕੁਛ ਲੋਕ ਸੀ, ਉਹ ਇਹ ਜਿਹੜਾ ਮੋਰਚਾ ਵਾ ਉਹਦਾ ਹਿੱਸਾ ਨਹੀਂ ਸੀ, ਉਸ ਤੋਂ ਬਾਅਦ ਉਹ ਵੀ ਅੱਜ ਵਾਪਸ ਆ ਗਿਆ। ਅੱਜ ਉਹਨਾਂ ਨੇ ਟਰੈਕਟਰ ਮਾਰਚ ਕੱਢੀ ਟਿਕਰੀ 'ਚ ਇਕੱਲੇ ਜੱਟਾਂ ਨੇ, ਤੇ ਮਤਲਬ ਉਹੀ ਜਿੱਦਾਂ ਦਾ ਪਹਿਲਾ ਮਾਹੌਲ ਵੇਖਣ ਨੂੰ ਮਿਲਿਆ ਉਹੀ ਮਾਹੌਲ ਅੱਜ ਫਿਰ ਆ ਗਿਆ। ਗਾਣੇ ਲੱਗੇ ਆ, ਲੋਕ ਯੂ ਨੋ ਕਾਫੀ ਜੂਬਲੈਂਟ ਸੀ, ਸੋ ਗੁੱਡ, ਮਤਲਬ ਸੋਹਣਾ ਮਾਹੌਲ ਆ। ਤੇ ਮੈਂ ਬਾਹਰ ਬੈਠੇ ਵੀਰਾਂ ਨੂੰ, ਭੈਣਾਂ ਨੂੰ ਇਹੋ ਕਹੂੰਗਾ, ਤੁਸੀਂ ਫੇਕ ਨਿਊਜ਼ ਵੱਲ ਨਾ ਵੇਖਿਆ ਕਰੋ, ਕਿਉਂਕਿ ਇਸ ਵੇਲੇ ਤੁਹਾਨੂੰ ਫੇਕ ਨਿਊਜ਼ ਨੇ ਬਹੁਤ ਕੁਝ ਦੱਸਣਾ। ਸਵੇਰੇ ਮੈਨੂੰ ਫੋਨ ਆਇਆ ਜੀ ਸਿੰਘੂ ਤੋਂ, ਕਿਤੇ ਕੋਈ ਹੈਲੀਕਾਪਟਰ 'ਚ ਅਟੈਕ ਹੋ ਗਿਆ, ਉਹਨਾਂ ਨੇ ਅਟੈਕ ਕਰਤਾ, ਕੋਈ ਐਸੀ ਗੱਲ ਨਹੀਂ, ਬਹੁਤ ਚੜ੍ਹਦੀ ਕਲਾ ਵਾਲਾ ਮਾਹੌਲ ਆ ਜੀ। ਕਿਉਂਕਿ ਬਹੁਤ ਸਾਰਾ ਖਾਸ ਤੌਰ 'ਤੇ ਸੋਸ਼ਲ ਮੀਡੀਆ 'ਚ ਵੀ ਤੁਸੀਂ ਹਰੇਕ 'ਤੇ ਵਿਸ਼ਵਾਸ ਨਹੀਂ ਕਰ ਸਕਦੇ, ਬਹੁਤ ਕੁਝ ਇਸ ਵੇਲੇ ਘੁੰਮ ਰਿਹਾ ਹੈ, ਇਸ ਕਰਕੇ ਅਸੀਂ ਚਾਹੁੰਦੇ ਸੀ ਕਿ ਸਹੀ ਜਿਹੜੀ ਪਿਕਚਰ ਉੱਥੇ ਹੈਗੀ, ਕਿਉਂਕਿ ਤੁਸੀਂ ਉੱਥੇ ਬੈਠੇ ਹੋ, ਲੋਕਾਂ ਨੂੰ ਪਤਾ ਲੱਗੇ। ਤੁਹਾਡੇ ਮੈਡੀਕਲ ਕੈਂਪ ਦੀ ਕੀ ਸਿਚੁਏਸ਼ਨ ਹੈ ਇਸ ਵੇਲੇ, ਕਿਉਂਕਿ ਬਹੁਤ ਜ਼ਰੂਰਤਾਂ ਹੁੰਦੀਆਂ ਨੇ, ਏਡਾ ਵੱਡਾ ਤੁਸੀਂ ਕੈਂਪ ਚਲਾ ਰਹੇ ਹੋ, ਉਸ 'ਤੇ ਬਹੁਤ ਜ਼ਰੂਰਤਾਂ ਹੁੰਦੀਆਂ ਨੇ, ਉਹ ਕਿਵੇਂ ਚੱਲ ਰਿਹਾ ਹੈ? ਜਸਟ ਮੈਂ ਇੱਕ ਚੀਜ਼ ਐਡ ਕਰਦਾ, ਮੈਂ ਚੜ੍ਹਦੀ ਕਲਾ ਦਾ ਮਾਹੌਲ ਤੁਹਾਨੂੰ ਦੱਸਤਾ, ਪਰ ਇਹ ਨਾ ਸੋਚੋ ਕਿ ਟ੍ਰਬਲ ਨਹੀਂ ਹੈਗੀ। ਬਹੁਤ ਐਸੇ ਅਨਸਰ ਹੈ ਜਿਹੜੇ ਚੀਜ਼ ਨੂੰ ਖਰਾਬ ਕਰਨ ਦੀ ਕੋਸ਼ਿਸ਼ ਕਰਦੇ ਆ, ਬਟ ਉੱਥੇ ਸਿਕਿਉਰਿਟੀ ਹੋਣ ਕਰਕੇ, ਜਿਹੜੇ ਉੱਥੇ ਵਾਲੰਟੀਅਰਸ ਆ ਕਾਫੀ ਸਿਕਿਉਰਿਟੀ ਕਰਦੇ ਆ, ਸੋ ਵੀ ਹੈਵ ਟੂ ਬੀ ਵੈਰੀ ਕੌਸ਼ੀਅਸ। ਐਸੀ ਗੱਲ ਨਹੀਂ ਹੈ ਕਿ ਅਸੀਂ ਕਹਿੰਦੇ ਹਾਂ ਕਿ ਹਾਂ ਬਹੁਤ ਸੇਫ ਮਾਹੌਲ ਹੈ, ਸੇਫ ਮਾਹੌਲ ਨਹੀਂ ਆ, ਪਰ ਚੜ੍ਹਦੀ ਕਲਾ ਕਿ ਲੋਕਾਂ ਦੇ ਹੌਸਲੇ ਬਹੁਤ ਬੁਲੰਦ ਆ। ਬਾਕੀ ਤੁਸੀਂ ਮੈਡੀਕਲ ਦਾ ਕਿਹਾ, ਉਹ ਸਾਡਾ ਜਿੱਦਾਂ ਮੈਡੀਕਲ ਕੈਂਪ ਸੀ, ਉਹ ਤੋਂ ਅੱਜ ਅਸੀਂ ਇੱਕ ਹਿਸਾਬ ਦਾ ਹੋਸਪਿਟਲ ਕਨਵਰਟ ਕਰ ਲਿਆ, ਲੋਕੇਸ਼ਨ ਚੇਂਜ ਕਰ ਲਈ ਆ, ਅਸੀਂ ਆਪਣੇ ਪਿੰਡ ਦੇ ਅੰਦਰ ਲੈ ਗਏ, ਕੈਲੀਫੋਰਨੀਆ ਦੇ ਅੰਦਰ ਉਹਨੂੰ ਲੈ ਗਏ ਬਿਲਡਿੰਗ ਦੇ ਅੰਦਰ, ਤੇ ਮਤਲਬ ਪ੍ਰੋਪਰ ਸ਼ੈਲਵਿੰਗ ਐਂਡ ਸਭ ਕੁਝ ਵਧੀਆ ਜੀ, ਮਤਲਬ ਕਿ ਸੋਹਣਾ, ਕਿਉਂਕਿ ਸਾਡੇ ਉੱਥੇ ਪੇਸ਼ੈਂਟ ਲੋਡ ਵਧ ਗਿਆ ਸੀ, ਸੋ ਸਾਨੂੰ ਲੱਗਾ ਕਿ ਸਾਨੂੰ ਥੋੜ੍ਹਾ ਜਿਹਾ ਪਰਮਾਨੈਂਟ ਕੰਮ ਕਰਨਾ ਪੈਣਾ,
ਜੀ ਉਹਦੇ ਕਰਕੇ ਥੋੜਾ ਜਿਹਾ ਅੰਦਰ ਲੈ ਗਏ ਆ, ਤੇ ਨਾਲੇ ਕਹਿ ਲਓ ਕਿ ਪੂਰਾ ਪ੍ਰੋਪਰ ਹਾਂ ਸਟਰਕਚਰ ਦੇ ਤੁਸੀਂ ਨਾਲ ਅਸੀਂ ਹੁਣ ਅੱਜ ਜੀ ਸ਼ੁਰੂ ਕਰ ਲਿਆ ਕੰਮ ਕਿ ਤੁਸੀਂ ਜਸਟ ਇਨ ਪਿੰਡ ਕੇਸ ਦਾ ਨਾਮ ਚੀਜ਼ ਵੀ ਲੰਬੀ ਚੱਲ ਗਈ। ਕੈਲੀਫੋਰਨੀਆ ਰੱਖਿਆ ਹੋਇਆ, ਇਹ ਵੀ ਬੜੀ ਤੁਸੀਂ ਜਿਹੜਾ ਨੌਰਥ ਅਮਰੀਕਾ ਦਾ ਇੱਕ ਕਹਿ ਲਓ ਕਲਚਰ ਉੱਥੇ ਵੀ ਲੈ ਗਏ ਆ, ਕਿਉਂਕਿ ਪਹਿਲਾਂ ਆਪਣੇ ਰਾਜਨੀਤਿਕ ਲੋਕ ਇਸ ਤਰ੍ਹਾਂ ਦੇ ਵਾਅਦੇ ਕਰਦੇ ਰਹੇ ਕਿ ਪੰਜਾਬ ਨੂੰ ਕੈਲੀਫੋਰਨੀਆ ਬਣਾ ਦੇਂਗੇ, ਪਰ ਕਿਸੇ ਨੇ ਉਹ ਵਾਅਦਿਆਂ 'ਤੇ ਫੁੱਲ ਨਹੀਂ ਚੜ੍ਹਾਏ। ਚਲੋ ਤੁਸੀਂ ਇੱਕ ਨਵੀਂ ਪਿਰਤ ਪਾਈ ਹੈ। ਤੁਹਾਡੇ ਨਾਲ ਦੇ ਸਾਥੀਆਂ 'ਤੇ ਵੀ ਹਮਲਾ ਹੋਇਆ, ਉਹ ਵੀ ਅਸੀਂ ਦੇਖਿਆ, ਉਹਨਾਂ ਦਾ ਹੁਣ ਕੀ ਹਾਲ ਚਾਲ ਹੈ? ਹਾਲ ਚਾਲ ਵੇਖੋ ਜੀ ਥੋੜਾ ਜਿਹਾ ਖਰਾਬ ਆ, ਮਤਲਬ ਮੁੰਡੇ ਡੇਂਜਰ ਚੋਂ ਬਾਹਰ ਆ, ਐਸੀ ਕੋਈ ਗੱਲ ਨਹੀਂ। ਜੀ ਜਿਹਦੇ ਸਿਰ ਤੇ ਇਹਨਾਂ ਨੇ ਮਾਰਿਆ ਸੀ ਨਾ, ਉਹਦੇ ਮੂੰਹ ਚੋਂ ਖੂਨ ਨਿਕਲਦਾ ਰਿਹਾ, ਅੱਜ ਵੀ ਉਹਦੇ ਮੂੰਹ ਚੋਂ ਖੂਨ ਨਿਕਲਿਆ। ਉਹਦਾ ਵਿਚਾਰੇ ਦਾ ਥੋੜਾ ਜਿਹਾ ਕੰਮ ਹੈ, ਪਰ ਕੋਈ ਨਾ, ਉਹਦੀ ਆਪਾਂ ਪੂਰੀ ਟੇਕ ਕੇਅਰ ਕਰ ਰਹੇ ਹਾਂ, ਉਹ ਚੜ੍ਹਦੀ ਕਲਾ 'ਚ ਰਹੂਗਾ। ਜਿਹੜੇ ਮੁੰਡਿਆਂ ਦੀਆਂ ਬਾਹਾਂ ਟੁੱਟੀਆਂ ਸੀ, ਇੱਕ ਨੂੰ ਸਾਨੂੰ ਪਿੰਡ ਭੇਜਣਾ ਪੈ ਗਿਆ, ਦੋ ਮੁੰਡੇ ਅੱਜ ਫੇਰ ਵਾਪਸ ਕੰਮ ਤੇ ਆ ਗਏ, ਜੀ ਤੇ ਜਿਨ੍ਹਾਂ ਦੇ ਪੱਟਾਂ ਤੇ ਵੱਜੀਆਂ ਸੀ ਡਾਂਗਾਂ, ਉਹ ਵੀ ਮੁੰਡੇ ਅੱਜ ਦੋਵੇਂ ਕੰਮ ਤੇ ਆ ਗਏ। ਸੋ ਬਾਕੀ ਇੱਕ ਜਿਹੜੀ ਵੱਡੀ ਪ੍ਰੋਬਲਮ ਆਈ ਆ ਸਾਰੇ ਡਾਕਟਰਾਂ ਨੂੰ, ਜਿੱਦਾਂ ਮੇਰਾ ਵੀ ਗਲਾ ਬੈਠਾ, ਕਿਉਂਕਿ ਹਾਂ ਸਾਡਾ ਆਲਮੋਸਟ ਜਿਹੜੇ ਉਹ ਸਮੋਕ ਸਮਾ ਗਿਆ ਸੀ, ਆਲਮੋਸਟ 10-12 ਘੰਟੇ ਇਨਹੇਲ ਕੀਤਾ। ਸੋ ਸਾਰਿਆਂ ਨੂੰ ਬਰੀਦਿੰਗ ਦੀ ਪ੍ਰੋਬਲਮ ਹੈਗੀ ਆ, ਲੰਗਸ ਵਿੱਚ ਕਾਫੀ ਇਨਫੈਕਸ਼ਨ ਵੀ ਹੈਗੀ ਆ, ਜੀ ਬਟ ਜਿਹੜੇ ਜਿਹੜੀ ਉਹਨਾਂ ਨੇ ਰਿਕਵਰੀ ਅਥਰੂ ਗੈਸ ਹੈਗੀ। ਛੱਡੀ ਉਹਦੇ ਕਰਕੇ, ਹਾਂਜੀ ਅਥਰੂ ਗੈਸ ਵੀ ਛੱਡੀ, ਨਾਲ ਦੂਜੀ ਵੀ ਹੁੰਦੀ ਨਾ ਹਾਂ ਜਿਹੜੀ, ਸਮੋਕ ਇੱਕ ਵੀ ਅਥਰੂ ਗੈਸ ਇੱਕ ਹੁੰਦੀ ਹੈ, ਇੱਕ ਜਿਹੜੀ ਦੋ ਤਰ੍ਹਾਂ ਦੀ ਗੈਸਾਂ ਛੱਡੀਆਂ ਉਹਨਾਂ ਨੇ ਜੀ ਤੇ ਉਹਦੇ ਕਰਕੇ ਥੋੜਾ ਜਿਹਾ, ਪਰ ਸਾਰੇ ਹੋਪਫੁਲੀ ਆਈ ਥਿੰਕ 2 ਦਿਨ ਹੋਰ ਦੇ ਦੋਗੇ ਤੇ ਸਭ ਕੁਝ ਨੋਰਮਲ, ਬੈਕ ਟੂ ਨੋਰਮਲ ਹੋ ਜਾਊਗਾ। ਜੀ ਅਤੇ ਅਗਾਂਹ ਤੁਹਾਨੂੰ ਕੀ ਲੱਗਦਾ? ਤੁਸੀਂ ਦੱਸਿਆ ਕਿ ਸਾਰੇ ਲੋਕ ਬੜੇ ਚੜ੍ਹਦੀ ਕਲਾ 'ਚ, ਹੁਣ ਹੋਰ ਲੋਕ ਵੀ ਉੱਥੇ ਪਹੁੰਚ ਰਹੇ ਆ, ਤਾਂ ਇੱਥੇ ਜਿਹੜੇ ਖਾਸ ਤੌਰ 'ਤੇ ਦੇਸ਼ ਵਿਦੇਸ਼ਾਂ 'ਚ ਤੁਹਾਡੇ ਭੈਣ ਭਰਾ ਬੈਠੇ ਨੇ, ਤੁਸੀਂ ਵੀ ਨੌਰਥ ਅਮਰੀਕਾ ਦੀ ਖਾਸ ਤੌਰ 'ਤੇ ਕਮਿਊਨਿਟੀ ਲਈ ਕੀ ਕਹਿਣਾ ਚਾਹੁੰਦੇ ਹੋ ਕਿ ਕਿਸ ਤਰ੍ਹਾਂ ਲੋਕ ਜਿਹੜੇ ਹੋਰ ਚੜ੍ਹਦੀ ਕਲਾ 'ਚ ਰਹਿਣ, ਕੋਈ ਵੀ ਬਿਲਕੁਲ ਵੀ ਢਹਿੰਦੀ ਕਲਾ 'ਚ ਨਾ ਹੋਣ? ਆਈ ਥਿੰਕ ਇਹ ਚੀਜ਼ ਇੰਪੋਰਟੈਂਟ ਹੈ, ਜਿੱਦਾਂ ਤੁਸੀਂ ਮੈਨੂੰ ਅੱਜ ਲੈ ਆਉਂਦਾ ਹਨਾ, ਤੇ ਜੀ ਮੈਂ ਤੁਹਾਨੂੰ ਔਨ ਦਾ ਗਰਾਊਂਡ ਰਿਪੋਰਟ ਦੇ ਦਿੱਤੀ, ਇਹਦੇ ਜੀ ਨਾਲ ਸਾਰੇ ਲੋਕਾਂ ਨੂੰ ਚਲੋ ਹੌਸਲਾ ਹੋ ਗਿਆ ਕਿ ਚਲੋ ਸਭ ਕੁਝ ਵਧੀਆ, ਜਾਂ ਮੈਂ ਤੁਹਾਨੂੰ ਦੱਸ ਸਕਦਾ ਕਿ ਆਹਦੀ ਆਹਦੀ ਚੀਜ਼ਾਂ ਦੀਆਂ ਲੋੜਾਂ, ਯੇ ਵੋ, ਏਦਾਂ ਹੀ ਤੁਸੀਂ ਟਰਾਈ ਕਰਿਆ ਕਰੋ ਕਿ ਕੋਈ ਨਾ ਕੋਈ ਇੱਥੋਂ ਟਿੱਕਰੀ ਤੋਂ ਸੰਗੀ ਤੋਂ ਰੋਜ਼ ਕਿਸੇ ਨਾ ਕਿਸੇ ਨੂੰ ਲੈ ਕੇ ਆਉਣ ਦੀ, 5 ਮਿੰਟ ਭਾਵੇਂ ਹੋਵੇ, ਜੀ ਜਿਹੜਾ ਤੁਹਾਨੂੰ ਔਨ ਦਾ ਗਰਾਊਂਡ ਰਿਪੋਰਟਾਂ ਦੇ ਦੇ, ਕਿਉਂਕਿ ਵਿਚਾਰੇ ਬਾਹਰ ਬੈਠੇ, ਆਪਾਂ ਵੀ ਜੋ, ਮੈਨੂੰ ਯਾਦ ਜੋ ਮੈਂ ਅਮਰੀਕਾ 'ਚ ਹੁੰਦਾ ਤੇ ਇੱਥੇ ਕੁਛ ਹੋ ਰਿਹਾ ਹੁੰਦਾ ਤੇ ਸਾਨੂੰ ਪੂਰਾ ਅਸੀਂ ਡਰੇ ਪਏ ਹੁੰਦੇ ਹਾਂ। ਸੋ ਬਿਲਕੁਲ ਉੱਦਾਂ ਹੀ ਇਹ ਜਿਹੜੇ ਤੁਸੀਂ ਕਿਆ ਕੰਮ ਕੀਤਾ, ਇਹ ਬਹੁਤ ਵਧੀਆ, ਇੱਦਾਂ ਹੀ ਤੁਸੀਂ ਟਰਾਈ ਕਰਿਆ ਕਰੋ। ਬਾਕੀ ਜਿਹੜੇ ਜੀ ਬਾਹਰ ਅਸੀਂ ਬੈਠੇ ਆ, ਹਰ ਇੱਕ ਨਿਊਜ਼ ਨੂੰ ਵੈਰੀਫਾਈ ਕਰਿਆ ਕਰੋ, ਫਿਰ ਉਹੀ ਗੱਲ ਤੇ ਮੈਂ ਕਹਿੰਦਾ, ਆਪਣਾ ਜਿਹੜਾ ਹਾਰਡ ਅਰਨਡ ਮਨੀ ਆ ਉਹਨੂੰ ਤੁਸੀਂ ਖੂਹ 'ਚ ਨਾ ਸੁੱਟੋ, ਜਿੱਥੇ ਵੀ ਤੁਸੀਂ ਲਾਉਂਦੇ ਹੋ, ਜਿਹੜੇ ਵੀ ਲੋਕਾਂ ਨੂੰ ਤੁਸੀਂ ਦਿੰਦੇ ਹੋ, ਉਹਨਾਂ ਨੂੰ ਕੁਐਸਚਨ ਜ਼ਰੂਰ ਕਰੋ ਕਿ ਤੁਸੀਂ ਮੇਰੇ ਪੈਸੇ ਦਾ ਕੀਤਾ ਕੀ। ਬਿਲਕੁਲ ਸੋ ਇਹੋ ਜਿਹੇ ਚੀਜ਼ਾਂ ਵਾ, ਬਾਕੀ ਜਸਟ ਡੋਂਟ ਵਰੀ, ਐਵਰੀ ਪ੍ਰਮਾਤਮਾ ਨਾਲ ਆ, ਵਾਹਿਗੁਰੂ ਨਾਲ ਆ, ਜਦੋਂ ਤੁਹਾਡਾ ਕੰਮ ਸੱਚਾ ਹੁੰਦਾ ਉਦੋਂ ਪ੍ਰਮਾਤਮਾ ਤੁਹਾਡਾ ਸਾਥ ਦਿੰਦਾ, ਔਰ ਸਾਨੂੰ ਇਸ ਵਾਲੀ, ਮੈਨੂੰ ਤੇ ਪੂਰਾ ਵਿਸ਼ਵਾਸ ਆ ਜਿਹੜਾ ਕੰਮ ਚੱਲ ਰਿਹਾ ਇਹਦੇ ਵਿੱਚ ਪ੍ਰਮਾਤਮਾ ਦਾ ਬਹੁਤ ਹੱਥ ਆ। ਤੇ ਬਾਕੀ ਮੈਂ ਇੱਕ ਛੋਟੀ ਜਿਹੀ ਗੱਲ ਹੋਰ ਬਾਹਰ ਲੋਕਾਂ ਨੂੰ ਕਹਾਂ, ਵੇਖੋ ਡਿਵੀਜ਼ਨ ਦੇ ਨਾਲ ਇਹ ਜੰਗ ਨਹੀਂ ਜਿੱਤੀ ਜਾ ਸਕਦੀ, ਇਹ ਜੰਗ ਏਕਤਾ ਦੀ ਆ, ਏਕਤਾ ਮਤਲਬ ਧਰਮਾਂ ਦੀ ਏਕਤਾ, ਇਹਦਾ ਏਕਤਾ ਮਤਲਬ ਸਟੇਟਾਂ ਦੀ ਏਕਤਾ। ਸੋ ਇਹ ਚੀਜ਼ ਵੱਲ ਆਪਣਾ ਧਿਆਨ ਜ਼ਰੂਰ ਰੱਖੋ, ਜੀ ਡਿਵੀਜ਼ਨ ਡਿਵਾਈਡ ਐਂਡ ਰੂਲ ਜਾਂ ਡਿਵੀਜ਼ਨ ਪੋਲਿਟਿਕਸ ਵੱਲ ਜਾਣ ਦੀ ਕੋਸ਼ਿਸ਼ ਨਾ ਕਰੋ। ਬਿਲਕੁਲ, ਕਿਉਂਕਿ ਜਿਹੜੇ ਏਜੰਸੀਆਂ ਜਾਂ ਜੋ ਵੀ ਉਹ ਦੂਸਰਾ ਪੱਖ ਹੈ, ਉਹ ਚਾਹੁੰਦਾ ਹੈ ਕਿ ਕਿਸੇ ਤਰ੍ਹਾਂ ਇਹਨਾਂ ਦੇ ਵਿੱਚ ਪਾੜ ਪਵੇ, ਇੱਕ ਦੂਜੇ ਤੋਂ ਦੂਰ ਹੋਣ ਅਤੇ ਅੰਦੋਲਨ ਖਤਮ ਹੋਵੇ। ਯਾ 100% ਇਹ ਗੱਲ ਤੁਹਾਡੀ ਬਹੁਤ ਸੱਚੀ ਹੈ ਜੀ। ਸੋ ਡਾਕਟਰ ਸਵੈਮਾਨ ਜੀ, ਅਸੀਂ ਸਾਡੀਆਂ ਸ਼ੁਭ ਇੱਛਾਵਾਂ ਤੁਹਾਡੇ ਨਾਲ ਆ। ਜੋ ਤੁਸੀਂ ਕਰ ਰਹੇ ਹੋ ਉਹ ਬਹੁਤ ਕਰਮਾਂ ਵਾਲੇ ਹੁੰਦੇ ਆ, ਜਿਨ੍ਹਾਂ ਨੂੰ ਇਹ ਸੇਵਾ ਦਾ ਮੌਕਾ ਮਿਲਦਾ। ਤੁਸੀਂ ਆਪਣਾ ਕੈਰੀਅਰ ਇੱਥੇ ਇੱਕ ਪਾਸੇ ਰੱਖ ਕੇ ਉੱਥੇ ਲੋਕਾਂ ਦੀ ਸੇਵਾਵਾਂ ਕਰ ਰਹੇ ਹੋ, ਤੁਹਾਨੂੰ ਸਲੂਟ ਹੈ ਸਾਡੇ ਵੱਲੋਂ। ਅਤੇ ਅਸੀਂ ਹਰੇਕ ਤਰ੍ਹਾਂ ਤੁਹਾਡੇ ਨਾਲ ਆ, ਫਿਰ ਤੁਹਾਡੇ ਨਾਲ ਜੁੜਾਂਗੇ, ਫਿਰ ਅਸੀਂ ਗਰਾਊਂਡ ਰਿਪੋਰਟ ਲਵਾਂਗੇ। ਸਾਨੂੰ ਪਤਾ ਕਿ ਤੁਹਾਡਾ ਸਮਾਂ ਬੜਾ ਕੀਮਤੀ ਹੈ, ਬਹੁਤ ਮੁਸ਼ਕਲ ਸਮਾਂ ਤੁਸੀਂ ਕੱਢ ਸਕਦੇ ਹੋ, ਪਰ ਫਿਰ ਵੀ ਤੁਸੀਂ ਸਾਨੂੰ ਸਾਰਾ ਕੁਝ ਦੱਸਿਆ। ਬਹੁਤ ਬਹੁਤ ਧੰਨਵਾਦ ਜੀ। ਧੰਨਵਾਦ ਜੀ, ਥੈਂਕ ਯੂ ਸੋ ਮੱਚ ਜੀ, ਥੈਂਕ ਯੂ ਸੋ ਮੱਚ, ਥੈਂਕ ਯੂ ਡਾਕਟਰ ਸਾਹਿਬ। ਸੋ ਡਾਕਟਰ ਸਵੈਮਾਨ ਸਿੰਘ ਜਿਹੜੇ ਟਿੱਕਰੀ ਬਾਰਡਰ 'ਤੇ ਇਸ ਵੇਲੇ ਸੇਵਾ ਨਿਭਾ ਰਹੇ ਨੇ, USA 'ਤੇ ਉਹ ਕਾਰਡੀਅਕ ਸਰਜਨ ਨੇ, ਉੱਥੋਂ ਆਪਣੀਆਂ ਸੇਵਾਵਾਂ ਛੱਡ ਕੇ ਉੱਥੇ ਲੋਕਾਂ ਦੀ ਸੇਵਾ ਕਰਨ ਗਏ ਨੇ, ਉਹ ਸਾਡੇ ਨਾਲ ਜੁੜੇ। ਉਹਨਾਂ ਨੇ ਦੱਸਿਆ ਕਿ ਗਰਾਊਂਡ ਦੇ ਵਿੱਚ ਉੱਥੇ ਕੀ ਸਿਚੁਏਸ਼ਨ ਹੈ, ਔਰ ਲਗਾਤਾਰ ਉੱਥੇ ਸੇਵਾ ਕਰ ਰਹੇ ਨੇ, ਔਰ ਲਗਾਤਾਰ ਉੱਥੇ ਦੇਖ ਵੀ ਰਹੇ ਨੇ ਕਿ ਕਿਸ ਤਰ੍ਹਾਂ ਲੋਕ ਚੜ੍ਹਦੀ ਕਲਾ 'ਚ ਨੇ। ਸੋ ਅੱਜ ਦੇ ਇਸ ਪ੍ਰੋਗਰਾਮ ਦੇ ਵਿੱਚ ਆਪਾਂ ਵੱਖੋ ਵੱਖਰੇ ਵਿਸ਼ਿਆਂ 'ਤੇ ਵੀ ਗੱਲ ਕੀਤੀ, ਡਾਕਟਰ ਸਾਹਿਬ ਨਾਲ ਵੀ ਗੱਲ ਕੀਤੀ, ਅਤੇ ਫਿਰ ਅਗਲੇ ਹਫ਼ਤੇ ਫਿਰ ਨਵੀਆਂ ਖਬਰਾਂ ਦੇ ਨਾਲ ਮੈਂ ਗਗਨਦੀਪ ਹਾਜ਼ਰ ਹੋਵਾਂਗਾ। ਧੰਨਵਾਦ, ਮਿਹਰਬਾਨੀ, ਸ਼ੁਕਰੀਆ।